ਜਿੱਥੇ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਪਰ ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਲੋਕਾਂ ਲਈ ਸੇਵਾ ਨਿਰੰਤਰ ਜਾਰੀ ਹੈ। ਚਾਹ ਦੀ ਸੇਵਾ ਸੁਸਾਇਟੀ, ਜੋ ਪਿਛਲੇ 5 ਸਾਲਾਂ ਤੋਂ ਪਟਿਆਲਾ ਦੇ ਰਜਿੰਦਰ ਹਸਪਤਾਲ ਵਿੱਚ ਚਾਹ ਦਾ ਲੰਗਰ ਲਗਾ ਰਹੀ ਹੈ, ਹੁਣ ਵੀ ਲੰਗਰ ਦੀ ਸੇਵਾ ਜਾਰੀ ਰੱਖੀ ਹੋਈ ਹੈ। ਬੇਸ਼ੱਕ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਅਤੇ ਲੋਕਾਂ ਦੀ ਆਵਾਜਾਈ ਘੱਟ ਹੈ, ਪਰ ਹਾਂ, ਨੌਜਵਾਨਾਂ ਵੱਲੋਂ ਗੁਰਦੁਆਰਾ ਖਾਲਸਾ ਮਹੱਲਾ ਦੇ ਸਹਿਯੋਗ ਨਾਲ ਸੇਵਾ ਕਰ ਰਹੇ ਹਨ। ਹਸਪਤਾਲ ਤੋਂ ਇਲਾਵਾ ਸੰਸਥਾ ਵੱਲੋਂ ਹਰ ਮਹੱਲੇ ਜਾ ਕੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਮੈਂ ਹਰਪ੍ਰੀਤ ਸਿੰਘ ਹੈ ਜੀ। ਅੱਛਾ, ਅਤੇ ਇਹ ਚਾਹ ਦਾ ਲੰਗਰ ਪਿੱਛੇ ਕਿੰਨੇ ਚਿਰ ਤੋਂ ਚਲਾ ਰਹੇ ਹੋ? ਤਕਰੀਬਨ ਪਿਛਲੇ 5 ਸਾਲਾਂ ਤੋਂ ਇਹ ਲੰਗਰ ਚੱਲ ਰਿਹਾ ਜੀ। ਗਰੀਬ ਦਾ ਮੂੰਹ ਗੁਰੂ ਕੀ ਗੋਲਕ 'ਤੇ ਪਹਿਰਾ ਦਿੰਦੇ ਹੋਏ ਸੰਸਾਰ ਦੀ ਵੱਖੋ ਵੱਖੋ ਥਾਵਾਂ ਤੋਂ ਜਿੱਥੋਂ ਜਿੱਥੋਂ ਵੀ ਕੋਈ ਸੰਗਤ ਦਸਵੰਧ ਭੇਜਦੀ ਹੈ, ਦਸਵੰਧ ਦੇ ਸਿਰ 'ਤੇ ਲੰਗਰ ਚੱਲ ਰਿਹਾ ਜੀ। ਠੀਕ ਹੈ, ਤੁਹਾਡੀ ਸੁਸਾਇਟੀ ਦਾ ਕੀ ਨਾਮ ਹੈ? ਰੋਜ਼ਾਨਾ ਚਾਹ ਦੀ ਸੇਵਾ ਜੀ। ਰੋਜ਼ਾਨਾ ਚਾਹ ਦੀ ਸੇਵਾ। ਅੱਛਾ, ਹੋਰ ਕੋਈ ਇਹਦੀ ਕੋਈ ਪ੍ਰਧਾਨ ਸ਼ਕਤੀ ਕੋਈ ਬਣਾਏ ਗਏ ਤੁਹਾਡੇ? ਕੋਈ ਪ੍ਰਧਾਨ ਨਹੀਂ ਹੈ ਜੀ, ਕੋਈ ਸੈਕਟਰੀ ਨਹੀਂ ਹੈ, ਸਾਰੇ। ਇੱਕ ਬਹੁਤ ਵੱਡੀ ਗੱਲ ਅੱਜ ਦੇਖਣ ਵਿੱਚ ਆਈ ਹੈ ਕਿ ਇਹਨਾਂ ਨੌਜਵਾਨਾਂ ਨੇ ਕੋਈ ਵੀ ਆਪਣੀ ਸੁਸਾਇਟੀ ਦਾ ਪ੍ਰਧਾਨ ਸਕੱਤਰ ਨਹੀਂ ਬਣਾਇਆ ਔਰ ਕਿਸੇ ਨੂੰ ਊਚ ਨੀਚ ਦਾ ਦਰਜਾ ਨਹੀਂ ਦਿੱਤਾ, ਔਰ ਇਸੇ ਕਰਕੇ ਇਹ ਸੁਸਾਇਟੀ ਪਿਛਲੇ 5 ਸਾਲ ਤੋਂ ਲਗਾਤਾਰ ਹੋਂਦ ਦੇ ਵਿੱਚ ਹੈ ਔਰ ਸੇਵਾ ਕਰ ਰਹੀ ਹੈ। ਸੋ ਇਹ ਸੇਵਾ ਜਿਹੜੀ ਹੈ, ਇਹ ਤੁਸੀਂ ਕਿਸ ਦੇ ਸਹਿਯੋਗ ਗੁਰਦੁਆਰਾ ਸਾਹਿਬ ਸ਼ਹਿਰ 'ਚ ਕਿਹੜੀ ਜਗ੍ਹਾ ਕਿਚਨ ਬਣਾਈ ਹੈ, ਕਿੱਥੋਂ ਤਿਆਰ ਕਰਾ ਰਹੇ? ਸਾਡੀ ਜਿਹੜੀ ਬੇਸ ਕਿਚਨ ਹੈ ਜੀ, ਗੁਰਦੁਆਰਾ ਖਾਲਸਾ ਮਹੱਲਾ ਜਿੱਥੇ ਦਾਸ ਦੀ ਰਿਹਾਇਸ਼ ਹੈ, ਉਹਦੇ ਨਾਲ ਹੀ 3 ਘਰ ਛੱਡ ਕੇ ਗੁਰਦੁਆਰਾ ਖਾਲਸਾ ਮਹੱਲਾ ਹੈ। ਅਤੇ ਸਾਨੂੰ ਪੂਰਨ ਸਹਿਯੋਗ ਹੈ ਜੀ ਗੁਰਦੁਆਰਾ ਸਾਹਿਬ ਦਾ, ਕਮੇਟੀ ਦਾ। ਜਿਸ ਦਿਨ ਤੋਂ ਅਸੀਂ ਇਹ 5 ਸਾਲ ਹੋ ਗਏ ਤਕਰੀਬਨ ਸ਼ੁਰੂ ਕੀਤੇ ਹਾਂ, ਉਦੋਂ ਤੋਂ ਸਾਨੂੰ ਬੇਸ ਕਿਚਨ ਉੱਥੇ ਹੀ ਸਾਡੀ ਬਣੀ ਹੋਈ ਹੈ। ਠੀਕ ਹੈ, ਅਤੇ ਇਹ ਹੁਣ ਅੱਗੋਂ ਲੰਗਰ ਤੁਹਾਨੂੰ ਹੁਣ ਪਹਿਲੇ ਦੇ ਨਾਲੋਂ ਕਿੰਨੇ % ਲੰਗਰ ਘੱਟ ਗਿਆ ਅੱਗੇ ਨਾਲੋਂ? ਹਾਂ, ਇਹ ਜਦੋਂ ਦਾ ਇਹ ਕਰੋਨਾ ਵਾਇਰਸ ਦੀ ਬਿਮਾਰੀ ਚੱਲੀ ਹੈ, ਉਦੋਂ ਤੋਂ ਸਾਡਾ ਇਹ ਤਕਰੀਬਨ 13-14 ਕੈਟਲ ਚਾਹ ਦੀ ਆਉਂਦੀਆਂ ਸੀ ਜਿਹੜੀ ਤੁਸੀਂ ਇਹ ਦੇਖ ਰਹੇ ਹੋ, ਅਤੇ ਹੁਣ ਅੱਜ ਇਹ 7 ਕੈਟਲ ਰਹਿ ਗਈਆਂ ਨੇ, ਕਿਉਂਕਿ ਬਿਮਾਰੀ ਇੰਨੀ ਭਿਆਨਕ ਹੈ ਕਿ ਮਰੀਜ਼ ਵੀ ਉਰੇ ਘੱਟ ਹੋਏ ਪਏ ਹੈ। ਠੀਕ ਹੈ, ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਪੇਸ਼ੈਂਟ ਹੁੰਦਾ ਉਹਨੂੰ ਉਰੇ, ਮਤਲਬ ਜਿਵੇਂ ਗਾਇਨੀ ਵਾਰਡ ਦੇ ਲੇਡੀਜ਼ ਪੇਸ਼ੈਂਟ ਨੇ, ਉਹਨਾਂ ਨੂੰ ਸਰਕਾਰ ਨੇ ਅਲਾਓ ਕੀਤਾ ਹੋਇਆ, ਇਸ ਕਰਕੇ ਉਹ ਤਕਰੀਬਨ ਇਸ ਜਗ੍ਹਾ 'ਤੇ ਚੱਲ ਰਹੇ ਹਨ। ਹਾਂਜੀ ਹਾਂਜੀ, ਠੀਕ ਹੈ। ਹਾਂਜੀ, ਜਿਹੜਾ ਬਹੁਤ ਜ਼ਰੂਰੀ ਪੇਸ਼ੈਂਟ ਆ ਉਹਨੂੰ ਉਰੇ ਦਾਖਲ ਕਰ ਲੈਂਦੇ ਹੈ, ਬਾਕੀ ਨੂੰ ਦੇਖ ਕੇ ਨਾਲ ਦੇ ਨਾਲ ਮੈਡੀਸਨ ਵਗੈਰਾ ਦੇ ਕੇ ਛੁੱਟੀ ਕਰ ਦਿੰਦੇ ਹੈ। ਠੀਕ ਹੈ, ਸੋ ਇਸੇ ਤਰ੍ਹਾਂ ਇਹ ਲੰਗਰ ਤੁਹਾਡਾ ਚੱਲਦਾ ਰਹੇਗਾ ਅੱਗੋਂ? ਹਾਂਜੀ ਹਾਂ, ਉਮੀਦ ਹੈ ਵੀ, ਵੈਸੇ ਸੰਗਤ ਨੂੰ ਬੇਨਤੀ ਕਰਦੀ ਹੈ ਵੀ ਪਿਛਲੇ ਮਹੀਨੇ 22 ਤਰੀਕ ਦਾ ਲੋਕਡਾਊਨ ਲੱਗਿਆ ਹੋਇਆ ਹੈ, ਅਤੇ ਅਸੀਂ ਤਕਰੀਬਨ ਅੱਧੇ ਮਹੀਨੇ ਦੀ ਕੁਲੈਕਸ਼ਨ ਕੀਤੀ ਸੀ ਜਿਹੜੇ ਜਿਹੜੇ ਮੈਂਬਰਾਂ ਕੋਲ ਰਸੀਦ ਬੁੱਕਾਂ ਹੈ, ਅਤੇ ਉਸ ਤੋਂ ਬਾਅਦ ਸਾਡੀ ਕੁਲੈਕਸ਼ਨ ਵੀ ਨਹੀਂ ਹੋਈ। ਅਤੇ ਸੰਗਤ ਨੂੰ 2 ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪ ਜੀ ਸਾਡੇ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਦਸਵੰਧ ਭੇਜੋ, ਤਾਂ ਜੋ ਇਹ ਲੰਗਰ ਇਸੇ ਤਰ੍ਹਾਂ ਰੈਗੂਲਰ ਚੱਲਦਾ ਰਹੇ ਅਤੇ ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਹੁੰਦੀ ਰਹੇ ਜਿਹੜੇ ਉਰੇ ਤਕਰੀਬਨ 20-25 ਦਿਨ ਹੋ ਗਏ ਡੱਕੇ ਪਏ ਹੈ, ਨਾ ਇਹਨਾਂ ਦਾ ਕੋਈ ਰਿਸ਼ਤੇਦਾਰ ਆ ਰਿਹਾ ਘਰੋਂ, ਨਾ ਪਰਿਵਾਰ ਦਾ ਕੋਈ ਆ ਰਿਹਾ। ਤੋ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹਨਾਂ ਨੂੰ ਸਵੇਰੇ ਚਾਹ ਅਤੇ ਬਿਸਕੁਟ ਦਾ ਲੰਗਰ ਮੁਹੱਈਆ ਕਰਾਇਆ ਜਾਵੇ। ਇਸ ਤੋਂ ਇੱਕ ਹੋਰ ਗੱਲ ਪਤਾ ਕਰਨਾ, ਜਿਹੜਾ ਇੱਥੇ ਸਾਰਾ ਦਿਨ ਅੱਗੇ ਬਾਬਾ ਜੀ ਉਹ ਲੰਗਰ ਚੱਲਦਾ ਸੀਗਾ, ਉਹ ਲੰਗਰ ਚੱਲ ਰਿਹਾ ਕਿ ਨਹੀਂ ਚੱਲ ਰਿਹਾ? ਹਾਂਜੀ ਹਾਂ, ਉਹ ਚੱਲ ਰਿਹਾ ਜੀ, ਸੇਵਾਵਾਂ ਚੱਲ ਰਹੀਆਂ ਉਹਨਾਂ ਦੀਆਂ, ਪਿੰਡ 'ਚੋਂ ਲੰਗਰ ਬਣ ਕੇ ਆਉਂਦਾ ਹੈ ਅਤੇ ਉਰੇ ਸੰਗਤ ਨੂੰ ਤਕਸੀਮ ਕੀਤਾ ਜਾਂਦਾ ਹੈ। ਜਿਹੜਾ ਬਾਹਰ ਇੱਥੇ ਬਣਾਇਆ ਸੀ ਸੈਂਟਰ, ਉਹ ਚਕਾ ਦਿੱਤਾ ਗਿਆ, ਉੱਥੇ ਹੈਗਾ ਲੱਗਿਆ ਹੋਇਆ ਲੰਗਰ? ਨਹੀਂ, ਅੰਡਰ ਬ੍ਰਿਜ ਜਿਹੜਾ ਬਣਿਆ ਹੋਇਆ ਉਹਦੇ ਨਾਲ ਹੀ ਬਾਬਾ ਜੀ ਨੇ ਆਪਣਾ ਉਰੇ ਮਤਲਬ ਟੀਨ ਦੀ ਛੱਪੜੀ ਲਾ ਕੇ ਵੀ ਉਰੇ ਚੱਲ ਰਿਹਾ ਲੰਗਰ ਉਹਨਾਂ ਦਾ ਰੈਗੂਲਰ। ਪਟਿਆਲਾ ਤੋਂ ਪੰਕਜ ਨਰੂਲਾ ਦੀ ਰਿਪੋਰਟ, ਪਬਲਿਕ ਟਾਈਮਜ਼।